ਯੂਐਸਏ ਦਾ ਸਕਸੈਸ ਰੇਟ ਪਿਛਲੇ 10 ਸਾਲਾਂ ਨਾਲੋਂ ਇਸ ਵਾਰ 2023 ਚ ਜਿੰਨੇ ਵੀਜ਼ੇ ਦੇਖਣ ਮਿਲੇ ਆ ਕਦੇ ਨਹੀਂ ਦੇਖਣ ਮਿਲੇ ਯੂਐਸਏ ਇਸ ਟਾਈਮ ਵੀਜ਼ਿਆਂ ਦੀ ਹਨੇਰੀ ਚਲਾ ਰਿਹਾ ਪਰ ਹਨੇਰੀ ਕਿੰਨਾਂ ਦੀ ਚਲਾ ਰਿਹਾ ਜਿਹੜੇ ਆਪਣੇ ਆਪ ਨੂੰ ਪੇਸ਼ ਕਰਨਾ ਜਾਣਦੇ ਆ ਪ੍ਰੈਜ਼ੈਂਟ ਕਰਨਾ ਜਾਣਦੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸੁਖਸ਼ੈਨ ਰਾਹੀ ਆਰ ਐਸ ਗਲੋਬਲ ਇਮੀਗ੍ਰੇਸ਼ਨ ਦੇ ਇਸ YouTube ਚੈਨਲ ਦੇ ਮਾਧਿਅਮ ਰਾਹੀਂ ਅੱਜ ਗੱਲ ਕਰਾਂਗੇ ਤੁਹਾਡੇ ਆਪਣੇ ਮੁਲਕ ਯੂਐਸਏ ਦੀ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੀ ਜਾਂ ਫਿਰ ਪੰਜਾਬੀਆਂ ਦਾ ਦੇਸੀ ਭਾਸ਼ਾ ਚ ਅਮਰੀਕਾ ਦੀ ਗੱਲ ਕਰਾਂਗੇ ਅੱਜ ਉਹ ਬੰਦਾ ਉਹ ਐਪਲੀਕੈਂਟ ਉਹ ਸਟੂਡੈਂਟ ਜਿਹੜਾ ਆਪਣੀ ਜ਼ਿੰਦਗੀ ਬਣਾਉਣ ਦੇ ਲਈ ਦੁਨੀਆਂ ਦੇ ਅਖੀਰਲੇ ਮੁਲਕ ਦੀ ਖੀਲ ਮੁਲਕ ਤਾਂ ਆਖਿਆ ਜਾ ਰਿਹਾ ਕਿਉਂਕਿ ਉਸ ਤੋਂ ਅੱਗੇ ਬੰਦੇ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ ਬੰਦਾ ਕਹਿੰਦੇ ਪਹਿਲਾਂ ਯੂਰਪ ਜਾਵਾਂਗੇ ਯੂਰਪ ਤੋਂ ਅੱਗੇ ਕੈਨੇਡਾ ਜਾਵਾਂਗੇ ਕੈਨੇਡਾ ਤੋਂ ਅੱਗੇ ਯੂ ਐਸ ਏ ਜਾਵਾਂਗੇ ਤੋ ਯੂਐਸਏ ਬਾਦ ਪੰਦਰੀ ਤ੍ਰਿਸ਼ਨਾ ਮੁਖੇ ਦੀ ਹੁਣ ਕਿੱਥੇ ਜਾਣਾ ਅਖੀਰਲਾ ਮੁਰਖ ਸੋ ਯੂਐਸਏ ਬਾਰੇ ਕੁਝ ਅਪਡੇਟ ਤੁਹਾਨੂੰ ਸਾਂਝੇ ਕਰਾਂਗੇ ਮਾਜੀ ਅਖਬਾਰ ਦੀਆਂ ਸੁਰਖੀਆਂ ਪੜ੍ਹ ਰਿਆ ਸੀ ਤਕਰੀਬਨ 1.40 ਲੱਖ ਇਸ ਸਾਲ ਦੇ ਵਿੱਚ ਇਕੱਲਾ ਸਟੂਡੈਂਟ ਵੀਜ਼ਾ ਜਾਰੀ ਕੀਤਾ ਗਿਆ ਇੰਡੀਅਨਸ ਨੂੰ ਯੂਐਸਏ ਵੱਲੋਂ ਟੋਟਲ ਜਿਹੜਾ ਕੋਟਾ ਸੀ ਤਕਰੀਬਨ 10 ਲੱਖ 10 ਸੀ ਜਿਹਦੇ ਵਿੱਚ ਐਚ1ਬੀ ਵੀਜ਼ਾਸ ਵਿਜ਼ਿਟਰ ਵੀਜ਼ਾਸ ਬੀ1 ਬੀ2 ਵੀਜ਼ਾਸ ਐਫ1 ਐਫ2 ਵੀਜ਼ਾਸ ਟੋਟਲ 10 ਲੱਖ ਦਾ ਕੋਟਾ ਉਹਨਾਂ ਦਾ ਸਾਲ ਦਾ ਪੂਰਾ ਹੋ ਵੀ ਚੁੱਕਿਆ ਨਵਾਂ ਕੋਟਾ ਫੇਰ ਅਗਲੇ ਸਾਲ ਸ਼ੁਰੂ ਹੋਣਾ ਜਨਵਰੀ ਤੋਂ ਇਸ ਗੱਲ ਦਾ ਖਿਆਲ ਰੱਖਿਓ ਇਸ ਟਾਈਮ ਕੈਨੇਡਾ ਯੂਕੇ ਸਾਰੇ ਧੜਾ ਧੜਾ ਵੀਜ਼ੇ ਵੰਡ ਰਿਹਾ ਨਿਊਜ਼ੀਲੈਂਡ ਦਾ ਸਕਸੈਸ ਬਹੁਤ ਹੀ ਚੱਲ ਰਿਹਾ ਈਵਨ ਕਿ ਯੂਐਸਏ ਦਾ ਸਕਸੈਸ ਇਟ ਪਿਛਲੇ 10 ਸਾਲਾਂ ਨਾਲੋਂ ਇਸ ਵਾਰ 2023 'ਚ ਜਿੰਨੇ ਵੀਜ਼ੇ ਦੇਖਣ ਮਿਲੇ ਆ ਕਦੇ ਨਹੀਂ ਦੇਖਣ ਮਿਲੇ ਸੋ ਥਿਸ ਇਜ਼ ਦਾ ਰਾਈਟ ਟਾਈਮ ਟੂ ਅਪਲਾਈ ਫੋਰ ਯੂਨਾਈਟਿਡ ਸਟੇਟਸ ਆਫ ਅਮਰੀਕਾ ਭਾਵੇਂ ਸਟੱਡੀ ਵੀਜ਼ੇ ਦੀ ਗੱਲ ਹੋਵੇ ਚਾਹੇ ਟੂਰਿਸਟ ਵਿਜ਼ਿਟ ਵੀਜ਼ੇ ਦੀ ਗੱਲ ਹੋਵੇ ਪਰ ਮੈਂ ਖਾਸ ਅੱਜ ਸਟੱਡੀ ਵੀਜ਼ੇ ਦੀ ਗੱਲ ਕਰਾਰਾ ਕੱਚਾ ਵਿਦ ਆਊਟ ਆਇਲਸ ਯੂਐਸਏ ਪੜ੍ਹਨਾ ਚਾਹੁੰਦਾ 12ਵੀਂ ਪਾਸ ਹੈ ਗ੍ਰੈਜੂਏਸ਼ਨ ਪਾਸ ਹੈ ਪੜ੍ਹਾਈ ਤੋਂ ਬਾਅਦ ਉਹਦਾ 5-7 ਸਾਲ ਦਾ ਗੈਪ ਹੈ ਗ੍ਰੈਜੂਏਸ਼ਨ ਕੀਤੀ ਹੈ 10 ਸਾਲ ਦਾ ਗੈਪ ਹੈ ਯੂਨੀਵਰਸਿਟੀ ਤੁਹਾਡੇ ਗੈਪ ਨਾਲ ਕੋਈ ਮਾਇਨੇ ਨਹੀਂ ਰੱਖਦੀ ਯੂਨੀਵਰਸਿਟੀ ਤੁਸੀਂ ਸ਼ਰਤਾਂ ਪੂਰੀਆਂ ਕਰਦੇ ਹੋ ਤੁਸੀਂ ਵਿਦ ਜਾਂ ਵਿਦਆਊਟ ਆਇਲਸ ਐਡਮਿਸ਼ਨ ਲੈ ਸਕਦੇ ਹੋ ਕਈ ਯੂਨੀਵਰਸਿਟੀਆਂ ਆਇਲਸ 6 ਬੰਡ ਮੰਗਦੀਆਂ ਕੋਈ ਟੋਫਲ ਮੰਗਦੀਆਂ ਕੋਈ ਯੂਨੀਵਰਸਿਟੀਆਂ ਕੱਲਾ ਤੁਹਾਡਾ ਅੰਗਰੇਜ਼ੀ ਮੀਡੀਅਮ ਦੀ ਪੜ੍ਹਾਈ ਯਾਨੀ ਕਿ ਐਮਓਆਈ ਦੇ ਬੇਸ ਤੇ ਵਿਦਆਊਟ ਆਇਲਸ ਤੁਹਾਨੂੰ ਐਡਮਿਸ਼ਨ ਦਿੰਦੀਆਂ ਔਰ ਅੰਬੈਸੀ ਚ ਕਦੇ ਵੀ ਇਸ ਗੱਲ ਕਰਕੇ ਵਿਤਕਰਾਨ ਕੀਤਾ ਜਾਂਦਾ ਕਿ ਤੂੰ ਭਲਿਆ ਮਾਨਸਾਇਲਸ ਕੀਤੀ ਹੈ ਤੈਨੂੰ ਵੀਜ਼ਾ ਦੇਵਾਂਗੇ ਤੂੰ ਆਇਲਸ ਨਹੀਂ ਕੀਤੀ ਤੈਨੂੰ ਵੀਜ਼ਾ ਨਹੀਂ ਦੇਵਾਂਗੇ ਉੱਥੇ ਜਿਹੜਾ ਵੀਜ਼ਾ ਮਿਲਦਾ ਉਹ 2 ਤੋਂ 3 ਮਿੰਟ ਦੀ ਤੁਹਾਡੀ ਆਪਣੀ ਪ੍ਰੈਜੈਂਟੇਸ਼ਨ ਦੇ ਉੱਤੇ ਮਿਲਦਾ ਹੈ ਗੱਲੀਬਾਤੀ ਇੱਕ ਗੱਲ ਚੱਲਦੀ ਸੀ ਕਿਸੇ ਨਾਲ ਉਹ ਕਹਿੰਦਾ ਜੀ ਯੂਐਸ ਵੀਜ਼ਾ ਰ ਗੱਲਾਂ ਬਾਤਾਂ ਨੇ ਮਿਲ ਜਾਂਦਾ ਔਰ ਵਾਕਿਆ ਸੱਚ ਹੈ ਗੱਲੀਬਾਤੀ ਵੀਜ਼ਾ ਮਿਲ ਜਾਂਦਾ ਜਿਹੜੇ ਬੰਦੇ ਨੂੰ ਗੱਲਾਂ ਕਰਨ ਦਾ ਚਾਜ ਹੈ ਅਕਲ ਹੈ ਯਾਨੀ ਕਿ ਆਪਣੇ ਆਪ ਨੂੰ ਦਿਖਾਉਣ ਦਾ ਚਾਜ ਹੈ ਪ੍ਰੈਜੈਂਟ ਕਰਨ ਦਾ ਚਾਜ ਹੈ ਇਹ ਵੀਜ਼ਾ ਉਹਦੇ ਲਈ ਆ ਹਨ ਆਲਸ ਕੀਤੀ ਹੈ ਜਾਂ ਨਹੀਂ ਕੀਤੀ ਤੁਹਾਡੀ ਪੜੇ ਚ 10 ਸਾਲ ਦਾ ਗੈਪ ਹੈ ਭਾਈ ਜਾਂ 5 ਸਾਲ ਦਾ ਗੈਪ ਹੈ ਇਹਦੋਂ ਕੋਈ ਫਰਕ ਨਹੀਂ ਪੈਂਦਾ ਅੰਬੈਸੀ ਕੀ ਵੇਖਦੀ ਹੈ ਤੁਹਾਡੇ ਅਕੈਡੈਮਿਕ ਸਕੋਰ ਤੁਹਾਡੇ ਹੱਥ 'ਚ ਯੂਨੀਵਰਸਿਟੀ ਦੀ ਐਡਮਿਸ਼ਨ ਲੈਟਰ ਜਿਹਨੂੰ ਆਪਾਂ I20 ਕਹਿੰਦੇ ਆ ਇਸ ਟਾਈਮ ਡੇਟਸ ਅਵੇਲੇਬਲ ਆ ਤੁਸੀਂ ਚਨਈ ਜਾਣਾ ਚਾਹੁੰਦੇ ਹੋ ਮੁੰਬਈ ਜਾਣਾ ਚਾਹੁੰਦੇ ਹੋ ਦਿੱਲੀ ਜਾਣਾ ਚਾਹੁੰਦੇ ਹੋ ਤੁਸੀਂ ਕਿਸੇ ਵੀ ਕੌਂਸਲ 'ਚ ਜਾ ਕੇ ਵੀਜ਼ਾ ਲੈ ਸਕਦੇ ਹੋ 1.5 ਇਸ ਟਾਈਮ ਅਵੇਲੇਬਲ ਆ ਫਿਲਹਾਲ ਜਨਵਰੀ ਇੰਟੇਕ ਕਲੋਜ਼ ਆ ਹੁਣ ਇਸ ਮਈ ਔਰ ਜੁਲਾਈ ਦੇ ਇੰਟੇਕ ਖੁੱਲੇ ਆ ਕੋਈ ਵੀ ਸਟੂਡੈਂਟ 12ਵੀਂ ਪਾਸ ਹੈ ਜਾਂ ਗ੍ਰੈਜੂ ਪਲੱਸ 2 ਵਾਲੇ ਨੂੰ 4 ਸਾਲ ਦੀ ਬੈਚਲਰ ਡਿਗਰੀ ਹੈ 5 ਸਾਲ ਦਾ ਵੀਜ਼ਾ ਮਿਲਦਾ ਗ੍ਰੈਜੂਏਸ਼ਨ ਵਾਲੇ ਨੂੰ ਵੀ 2 ਸਾਲ ਦੀ ਮਾਸਟਰ ਡਿਗਰੀ ਹੈ 5 ਸਾਲ ਦਾ ਐਫ 1 ਵੀਜ਼ਾ ਮਿਲਦਾ ਤੁਸੀਂ ਬਾਅਦ ਵਿੱਚ ਆਪਣੇ ਸਪਾਊਸ ਨੂੰ ਆਪਣੇ ਬੱਚਿਆਂ ਨੂੰ ਵੀ ਨਾਲ ਬੁਲਾ ਸਕਦੇ ਹੋ ਯੂ ਐਸ ਏ ਇਸ ਟਾਈਮ ਵੀਜ਼ੇ ਦੀ ਹਨੇਰੀ ਚਲਾ ਰਿਹਾ ਪਰ ਹਨੇਰੀ ਕਿੰਨਾਂ ਨੇ ਚਲਾ ਰਿਹਾ ਜਿਹੜੇ ਆਪਣੇ ਆਪ ਨੂੰ ਪੇਸ਼ ਕਰਨਾ ਜਾਣਦੇ ਆ ਪ੍ਰੈਜ਼ੈਂਟ ਕਰਨਾ ਜਾਣਦੇ ਆ ਆਲਸੋ 7 ਬੈਂਡ ਹੈ ਸਟੂਡੈਂਟ ਬੋਲਣ ਯੋਗ ਨਹੀਂ ਤਾਂ ਵੀ ਵੀਜ਼ਾ ਰਿਫਿਊਜ਼ ਆ ਇੱਕ ਵਿਦਾਊਟ ਆਲ ਸਟੂਡੈਂਟ ਆ ਜਿੰਨੂੰ ਪਤਾ ਮੈ ਯੂਐਸਏ ਚ ਆਵਰ ਯੂਨੀਵਰਸਿਟੀ ਚ ਇਸ ਕਰਕੇ ਪੜਨ ਚੱਲੇ ਆਂ ਔਰ ਮੇਰੇ ਮਾਪਿਓ ਕੋਲ ਫੀਸਾਂ ਭਰਨ ਜੋਗੇ ਪੈਸੇ ਆ ਅਗਰ ਇਹ ਚੀਜ਼ਾਂ ਤਿੰਨ ਉਹਨੇ ਵੀਜ਼ਾ ਅਫਸਰ ਮੇਰੇ ਬੋਲ ਦਿੱਤੀਆਂ ਉਹਨੂੰ ਵੀਜ਼ਾ ਮਿਲ ਜਾਣਾ ਸਿਰਫ ਆਪਣੇ ਆਪ ਨੂੰ ਪੇਸ਼ ਕਰਨ ਦਾ ਤਰੀਕਾ ਇੰਟਰਵਿਊ ਵਿੱਚ ਕਲੀਅਰ ਕਰਨ ਦਾ ਤਰੀਕਾ ਆਮ ਤੌਰ ਤੇ ਕਹਿੰਦੇ ਨੇ ਕਿ ਇੰਟਰਵਿਊ ਕਲੀਅਰ ਕਰਨਾ ਬੜਾ ਔਖਾ ਹੈ ਮੈਂ ਕਹਿੰਦਾ ਸਭ ਤੋਂ ਔਖਾ ਯੂਐਸ ਦਾ ਵੀਜ਼ਾ ਲੈਣਾ ਜਿਹੜੇ ਬੰਦੇ ਨੂੰ ਗੱਲਾਂ ਕਰਨੀ ਆਉਂਦੀਆਂ ਆਪਣੇ ਆਪ ਨੂੰ ਦਿਖਾਉਣਾ ਆਉਂਦਾ ਕਿ ਮੇਰੇ ਅੰਦਰ ਕੀ ਹੁਨਰ ਕੀ ਕਾਬਲੀਅਤ ਹੈ ਇਹ ਜੋ ਯੂਐਸ ਵਿੱਚ ਪੜ੍ਹਨਾ ਚਾਹੁੰਦੇ ਹੋ ਵਿਦਾਊਟ ਆਇਲਸ ਪੜ੍ਹਨਾ ਚਾਹੁੰਦੇ ਹੋ ਸਪਾਊਸ ਦੇ ਨਾਲ ਜਾਣਾ ਚਾਹੁੰਦੇ ਹੋ ਸਭ ਤੋਂ ਵੱਡਾ ਫਾਇਦਾ ਕੀ ਹੈ ਤੁਸੀਂ ਸਾਰੀ ਫੀਸ ਵੀਜ਼ਾ ਲੱਗਣ ਤੋਂ ਬਾਅਦ ਦੇਣੀ ਕਿਸੇ ਯੂਨੀਵਰਸਿਟੀ ਦੀ ਆਈ 20 ਦੀ ਫੀਸ ਹੈ ਕਿਤੋਂ ਫ੍ਰੀ ਵੀ ਮਿਲਦੀ ਹੈ ਡਿਪੈਂਡ ਯੂਨੀਵਰਸਿਟੀ ਯੂਨੀਵਰਸਿਟੀ ਕਰਦਾ ਜਿਹੜੀ ਤੁਹਾਡੀ ਯੂਨੀਵਰਸਿਟੀ ਟਿਊਸ਼ਨ ਫੀਸ ਹੈ ਉਹ ਤੁਸੀਂ ਸਾਰੀ ਵੀਜ਼ਾ ਲੱਗਣ ਤੋਂ ਬਾਅਦ ਪੇ ਕਰਣੀ ਹੈ ਪਹਿਲਾਂ ਤੁਸੀਂ ਇਕੱਲੇ ਐਮਬੈਸੀ ਫੀਸ ਔਰ ਸਰਵਿਸ ਫੀਸ ਪੇ ਕਰਕੇ ਆਪਦਾ ਵੀਜ਼ਾ ਲੈ ਸਕਦੇ ਹੋ ਲੋਕੀ 35 40 50 ਲੱਖ ਰੁਪਏ 2 ਨੰਬਰ ਚ ਮੈਕਸੀਕੋ ਦੀ ਕੰਧ ਟੱਪਣ ਨੂੰ ਲ ਲੀਗਲੀ ਕੇਵਲ ਲੱਖ ਰੁਪਏ ਦੇ ਵਿੱਚ ਵੀਜ਼ਾ ਲਿਆ ਜਾ ਸਕਦਾ ਕੇਵਲ ਲੱਖ ਰੁਪਏ ਦੇ ਵਿੱਚ ਯੂਐਸ ਦਾ ਵੀਜ਼ਾ ਲਿਆ ਜਾ ਸਕਦਾ ਜੇ ਤੁਹਾਨੂੰ ਇਸ ਗੱਲ ਦਾ ਚਾਜ ਹੈ ਇਸ ਗੱਲ ਦਾ ਇਲਮ ਹੈ ਇਸ ਗੱਲ ਦਾ ਪਤਾ ਹੈ ਕਿ ਵੀਜ਼ਾ ਕਿਵੇਂ ਲੈਣਾ ਤਾਂ ਆਰਐਸਕੋਪ ਦੀ ਟੀਮ ਨਾਲ ਮਿਲਿਆ ਜਾ ਸਕਦਾ ਮੋਹਾਲੀ ਬਠਿੰਡਾ ਜਲੰਧਰ ਅਮਰਸਾਚ ਮੇਰੇ ਵੀਜ਼ਾ ਕਾਉਂਸਲ ਤੁਹਾਡੀ ਮਦਦ ਕਰਨਗੇ ਤੁਹਾਨੂੰ ਤੁਹਾਡੇ ਸੁਪਨੇ ਦੇ ਮੁਲਕ ਯੂਐਸਏ ਭੇਜਣ 10 ਲੱਖ ਦਾ ਕੋਟਾ ਨਿਰਧਾਰਤ ਕੀਤਾ ਸੀ ਜੋ ਪੂਰਾ 2023 ਚ ਹੋ ਗਿਆ ਅਗਲੇ ਸਾਲ ਦਾ ਕੋਟਾ ਇਸ ਤੋਂ ਵੀ ਜ਼ਿਆਦਾ ਇਸ ਟਾਈਮ ਸਭ ਤੋਂ ਜ਼ਿਆਦਾ ਵੀਜ਼ੇ ਯੂਐਸਏ ਵੰਡੇ ਆ ਸਟੂਡੈਂਟਸ ਨੂੰ ਸਪੈਸ਼ਲੀ ਉਹ ਵਾਲੇ ਅਪਲੀਕੈਂਟਸ ਜਿਹੜੇ ਮੈਡੀਕਲ ਬੈਕਗ੍ਰਾਉਂਡ ਤੋਂ ਮੇਰਾ ਤਜਰਬਾ ਇਹ ਕਹਿੰਦਾ ਮੈਂ ਕਿਤੇ ਮੈਂ ਕੋਈ ਕਾਨੂੰਨ ਦੀ ਗੱਲ ਨਹੀਂ ਕਰ ਰਿਹਾ ਵੈਬਸਾਈਟ ਤੇ ਕਿਤੇ ਲਿਖਿਆ ਪਰ ਮੇਰਾ ਤਜਰਬਾ ਕਹਿੰਦਾ ਜਿਹੜੇ ਸਟੈਂਪ ਸਟੂਡੈਂਟਸ ਨੇ ਜਿਹੜੇ ਮੈਡੀਕਲ ਬੈਕਗ੍ਰਾਉਂਡ ਦੇ ਸਟੂਡੈਂਟਸ ਹੈ ਇੰਜੀਨੀਅਰਿੰਗ ਬੈਕਗ੍ਰਾਉਂਡ ਦੇ ਸਟੂਡੈਂਟਸ ਹੈ ਜਾਨਕੀ ਜਿਨੇ ਬੀਟਾ ਕੀਤੀ ਹੈ ਜਾਂ ਜਿਨੇ ਜੀਐਨਐਮ ਕੀਤੀ ਹੈ ਬੀਐਸਸੀ ਨਰਸਿੰਗ ਕੀਤੀ ਹੈ ਮੈਥਮੈਟਿਕਸ ਪੜਿਆ ਇਦਾਂ ਦੇ ਬੈਕਗ੍ਰਾਉਂਡ ਵਾਲੇ ਸਟੂਡੈਂਟ ਨੂੰ ਵੀਜ਼ਾ ਜ਼ਿਆਦਾ ਮਿਲ ਰਿਹਾ ਜੀਐਨਐਮ ਵਾਲੇ ਜਾਂ ਬੀਐਸ ਤੁਸੀਂ ਆਰਐਸ ਗੁਬਲ ਦੇ ਫੇਸਬੁਕ ਇੰਸਟਾਗ੍ਰam ਪੇ ਇੱਥੇ ਜਾ ਕੇ ਵੇਖੋ 10 10 11 11 ਸਾਲ ਦੇ ਗੈਪ ਤੋਂ ਬਾਅਦ ਵੀ ਅਮਰਤ ਕੌਰ ਰਾਜਵੰਤ ਕੌਰ ਨੇ 11 11 ਸਾਲ ਦੇ ਬਾਅਦ ਵੀ ਜੀਐਨਐਮ ਕਰਕੇ ਵੀਜ਼ਾ ਲਿਆ ਸੋ ਮੈਡੀਕਲ ਬੈਕਗ੍ਰਾਉਂਡ ਤੋਂ ਹੋ ਜਾਂ ਆਈਟੀ ਬੈਕਗ੍ਰਾਉਂਡ ਤੋਂ ਹੋ ਜਾਂ ਇੰਜੀਨੀਅਰਿੰਗ ਕੀਤੀ ਬੀਟਾ ਕੀਤੀ ਹੈ ਆਰਐਸ ਗੁਬਲ ਤੁਹਾਨੂੰ ਤੁਹਾਡਾ ਯੂਐਸ ਦਾ ਵੀਜ਼ਾ ਵਿਦਾਊਟ ਐਸ ਦਾ ਵੌਂਚ ਮਦਦ ਕਰੇਗਾ ਜਹੜਾ ਜਾਣਕਾਰੀ ਚਾਹੁੰਦੇ ਹੋ ਤੁਹਾਡੇ ਸਵਾਲ ਨੇ ਵੀਡੀਓ ਥਲੇ ਕਮੈਂਟ ਚ ਆਪਣੇ ਸਵਾਲ ਸ਼ੇਅਰ ਕਰੋ ਮੈਂ ਖੁਦ ਵੀਡੀਓ ਦੇ ਥੱਲੇ ਕਮੈਂਟ ਤੇ ਤੁਹਾਡੇ ਜਵਾਬ ਦਊਂਗਾ ਔਰ ਨਵੇਂ ਟੌਪਿਕ ਤੇ ਨਵੇਂ ਵੀਡੀਓ ਦੇ ਫੇਰ ਤੁਹਾਡੇ ਰੂਬਰੂ ਹਾਜ਼ਰ ਹੋਊਂਗਾ ਤਦ ਤੱਕ ਜਿੰਦੇ ਵਾਸਤੇ ਰੱਬ ਰੱਖਾ ਸਤਿ ਸ਼੍ਰੀ ਅਕਾਲ